ਤੁਸੀਂ ਦੇਖ ਰਹੇ ਹੋ ਡੈਲੀ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸਿੰਗਰ ਸਿੱਧੂ ਮੂਸੇਵਾਲ ਨੂੰ ਚਾਹ ਸਾਡੇ ਤੋਂ ਇੱਥੋਂ ਰੁਖਸਤ ਹੋਏ ਨੂੰ ਤਕਰੀਬਨ 8-9 ਮਹੀਨੇ ਹੋ ਗਏ ਹੁਣ, ਲੇਕਿਨ ਅੱਜ ਵੀ ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ 'ਚ ਰਾਜ ਕਰਦਾ ਹੈ। ਤੋ ਤੁਹਾਨੂੰ ਅੱਜ ਕੁਛ ਅਸੀਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਲੁਧਿਆਣਾ ਤੋਂ, ਜਿਸ ਇੱਕ ਸ਼ਖਸ ਨੇ ਆਪਣੀ ਗੱਡੀ ਯਾਨੀ ਕਿ ਐਂਬੂਲੈਂਸ ਨੂੰ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਕੀਤੀ ਹੋਈ ਹੈ। ਖੈਰ ਜਲੰਧਰ ਰਹਿਣ ਵਾਲੇ ਡਰਾਈਵਰ ਹੈਗੇ ਆ ਔਰ ਤੁਹਾਨੂੰ ਗੱਲ ਕਰਾਵਾਂਗਾ, ਉਹਨਾਂ ਨੂੰ ਜਾਣ ਪਛਾਣ ਕਰਾਵਾਂਗਾ ਵੀ ਆਪਣੀ ਜਿਹੜੀ ਐਂਬੂਲੈਂਸ ਹੈਗੀ ਆ ਉਹ ਇਸ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਕੀਤੀ ਹੋਈ ਹੈ। ਤੋ ਮੇਰੇ ਸਾਹਿਬ ਤਸਵੀਰਾਂ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ। ਇਹ ਐਂਬੂਲੈਂਸ ਹੈਗੀ ਹੈ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਐਂਬੂਲੈਂਸ ਹੈ ਉਹ ਡੈਡੀਕੇਟ ਕੀਤੀ ਹੋਈ ਹੈ ਸਿੱਧੂ ਮੂਸੇਵਾਲੇ ਨੂੰ। ਬਗੈਰ ਅਸੀਂ ਐਂਬੂਲੈਂਸ ਦੇਖ ਸਕਦੇ, 59-11 ਦਾ ਲੋਗੋ ਲੱਗਿਆ ਜਿਹੜਾ ਸਟਿੱਕਰ ਬੜਾ ਮਸ਼ਹੂਰ ਸੀ ਬਾਈ ਸਿੱਧੂ ਮੂਸੇਵਾਲੇ ਦਾ, 59-11 ਦਾ ਜਿਹੜਾ ਸਟਿੱਕਰ ਵਗੈਰਾ ਲੋਗੋ ਲਗਾਇਆ ਫਰੰਟ ਦੇ ਉੱਪਰ। ਬਾਈ ਜੀ ਅੰਦਰ ਬੈਠੇ ਹਨ, ਉਹਨਾਂ ਨਾਲ ਵੀ ਗੱਲ ਕਰਾਵਾਂਗੇ ਔਰ 59-11 ਮੈਂ ਕੁਛ ਪਹਿਲਾਂ, ਉਸ ਤੋਂ ਬਾਅਦ ਤੁਹਾਨੂੰ ਮੈਂ ਐਂਬੂਲੈਂਸ ਦੀਆਂ ਤਸਵੀਰਾਂ ਦਿਖਾਊਂਗਾ। ਜਿਹੜੇ ਐਂਬੂਲੈਂਸ ਤਸਵੀਰਾਂ ਹੈਗੀਆਂ ਉਹ ਸਿੱਧੂ ਮੂਸੇਵਾਲੇ ਦੀਆਂ ਜਿਹੜੀਆਂ ਸਿੱਧੂ ਮੂਸੇਵਾਲੇ ਦੀਆਂ ਜਿਹੜੀਆਂ ਤਸਵੀਰਾਂ ਪੂਰੇ ਐਂਬੂਲੈਂਸ ਦੇ ਉੱਪਰ ਲਗਾਈਆਂ ਹੋਈਆਂ ਉਹਨਾਂ ਦੀ ਯਾਦ ਵਿੱਚ। ਉਹ ਜਿਹੜੇ ਪਲ ਸੀ ਜਦੋਂ ਬਾਈ ਸਿੱਧੂ ਮੂਸੇਵਾਲੇ ਦੀ ਡੈਥ ਹੋਈ ਸੀ ਉਸ ਵੇਲੇ, ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਸਿੱਧੂ ਮੂਸੇਵਾਲੀ ਤਸਵੀਰਾਂ ਨੂੰ ਪੂਰੀ ਐਂਬੂਲੈਂਸ ਨਾਲ ਉਹਨਾਂ ਨੇ ਲਗਾਇਆ ਹੋਇਆ, ਯਾਨੀ ਕਿ ਆਪਣੀ ਐਂਬੂਲੈਂਸ ਨੂੰ ਸਿੱਧੂ ਮੂਸੇਵਾਲੇ ਬਾਈ ਨੂੰ ਸਮਰਪਿਤ ਕੀਤੀ ਹੋਈ ਹੈ। ਬਕਾਇਦਾ ਉਹਨਾਂ ਦੀਆਂ ਜਿਹੜੀਆਂ ਜਦੋਂ ਉਹਨਾਂ ਦੀ ਡੈਥ ਹੋਈ ਸੀ ਉਸ ਵੇਲੇ ਤਸਵੀਰਾਂ ਹੈਗੀਆਂ ਉਹਨਾਂ ਦੇ ਫਾਦਰ ਸਾਹਿਬ ਬਲੌਰ ਸਿੰਘ ਜੀ ਜਿਹੜੇ ਉੱਥੇ ਹੈਗੇ ਸੀ ਉਸ ਟਾਈਮ ਦੇ ਵਿੱਚ ਉਹਨਾਂ ਦੀ ਤਸਵੀਰਾਂ ਹੈਗੀਆਂ ਬਾਈ ਸਿੱਧੂ ਮੂਸੇਵਾਲੇ ਦੀਆਂ ਔਰ ਉਹਨਾਂ ਦੀ ਮਦਰ ਦੀਆਂ। ਔਰ ਖਾਸ ਕਰਕੇ ਤੁਹਾਨੂੰ ਦਿਖਾਵਾਂਗੇ ਪਿੱਛੇ, ਤੁਹਾਨੂੰ ਮੈਂ ਹੋਰ ਦਿਖਾਵਾਂਗਾ ਪਿੱਛੇ ਜਿਹਾ ਦਿਖਾਵਾਂ। 59-11 ਟਰੈਕਟਰ ਨੇ ਬਕਾਇਦਾ ਉਹਨਾਂ ਦੀ ਤਸਵੀਰ ਹੈਗੀ ਹੈ ਬਾਈ ਸਿੱਧੂ ਮੂਸੇਵਾਲੇ ਦੀ। ਸੋ ਇਹ ਹੈ ਉਸ ਸ਼ਖਸ ਦੀ ਜਿਹੜੀ ਉਹਨਾਂ ਪ੍ਰਤੀ ਜਿਹੜੀ ਭਾਵਨਾ ਹੈਗੀ ਹੈ, ਆਪਣੀ ਐਂਬੂਲੈਂਸ ਨੂੰ ਹੀ ਉਸਨੇ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਕਰ ਦਿੱਤੀ ਹੈਗੀ ਹੈ। ਖੈਰ ਗੱਲ ਕਰਾਂਗੇ, ਤਸਵੀਰ ਤੁਹਾਨੂੰ ਦਿਖਾ ਰਹੇ ਪਹਿਲਾਂ ਐਂਬੂਲੈਂਸ ਦੀਆਂ, ਜਿਹੜੀ ਪੂਰੀ ਗੱਡੀ ਨੂੰ ਉਹਨਾਂ ਨੇ ਆਪਣੀ ਐਂਬੂਲੈਂਸ ਨੂੰ ਪੂਰਾ ਸ਼ਰਧਾਂਜਲੀ ਦਿੱਤੀ ਹੋਈ ਹੈ। ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੀ, ਹਰ ਤਸਵੀਰਾਂ ਉਸ ਮੌਕੇ ਦੀਆਂ, ਉਸ ਭਾਵੁਕ ਪਲ ਦੀਆਂ ਤਸਵੀਰਾਂ ਤੁਸੀਂ ਇਸ ਐਂਬੂਲੈਂਸ ਨਾਲ ਦੇਖ ਸਕਦੇ ਹੋ ਵੀ ਸਿੱਧੂ ਮੂਸੇਵਾਲਾ ਜਿਹੜਾ ਬਾਈ ਸੀ ਜਦੋਂ ਉਹਦੀ ਡੈਥ ਹੋਈ ਸੀ ਉਸ ਵਾਲੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਪੇਰੈਂਟਸ ਨਾਲ। ਔਰ ਜਲੰਧਰ ਤੋਂ ਬਿਲੋਂਗ ਕਰਦੇ ਆ ਇਸ ਗੱਡੀ ਜਿਹੜੇ ਐਂਬੂਲੈਂਸ ਦੇ ਜਿਹੜੇ ਮਾਲਕ ਹੈਗੇ, ਉਹਨਾਂ ਨਾਲ ਗੱਲ ਕਰਾਵਾਂਗਾ ਤੁਹਾਨੂੰ ਮੈਂ। ਔਰ ਬਕਾਇਦਾ ਬਾਈ ਜੀ ਨੂੰ ਹੈਪੀ ਬਰਥਡੇ ਵੀ ਇਸ ਨਾਂ ਦਾ ਸਟਿੱਕਰ ਲਾ ਕੇ ਉਹਨਾਂ ਨੇ ਪੇਸਟ ਕੀਤਾ ਹੋਇਆ ਆਪਣੀ ਐਂਬੂਲੈਂਸ ਦੇ ਵਿੱਚ। ਤੋ ਗੱਲ ਕਰਨਾ ਚਾਹਾਂਗੇ ਇਸ ਗੱਡੀ ਦੇ ਜਿਹੜੇ ਐਂਬੂਲੈਂਸ ਦੇ ਮਾਲਕ ਹੈਗੇ ਉਹਨਾਂ ਨਾਲ ਗੱਲ ਕਰਨਾ ਚਾਹਾਂ। ਭਾਅ ਜੀ ਕੀ ਨਾਮ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਦੇਵ ਸਿੰਘ ਆ, ਛੋਟਾ ਨਾਮ ਸੋਨੂ ਆ ਜੀ। ਤੁਸੀਂ ਕਿੱਥੋਂ ਆਏ ਭਾਅ ਜੀ? ਮੈਂ ਜਲੰਧਰ ਤੋਂ ਆਇਆ ਸਰ। ਸਾਰੇ ਐਂਬੂਲੈਂਸ ਲੋਕ ਐਂਬੂਲੈਂਸ ਲਿਖਾਉਂਦੇ ਆ 108 ਨੰਬਰ, ਸਰਕਾਰੀ ਗੱਡੀ 103 ਨੰਬਰ ਦਾ ਨੰਬਰ ਲਿਖੇ ਹੁੰਦੇ ਆ। ਤੁਸੀਂ ਸਾਰੀ ਆਪਣੀ ਗੱਡੀ ਦੇ ਉੱਪਰ ਬਾਈ ਸਿੱਧੂ ਮੂਸੇਵਾਲੇ ਦੇ ਪੇਸ਼ ਕੀਤੇ ਹੋ, ਕੀ ਕਹਿਣਾ? ਸਰ ਇਸ ਤਰ੍ਹਾਂ ਹੈ ਕਿ ਕੋਈ ਚੈਰੀਟੇਬਲ ਹੋਸਪਿਟਲ ਹੁੰਦਾ ਅਤੇ ਉਹਦੀ ਸੰਸਥਾ ਦਾ ਨਾਮ ਹੋਸਪਿਟਲ ਦੇ ਉੱਪਰ ਲਿਖਿਆ ਹੁੰਦਾ, ਕੋਈ ਕੰਪਨੀ ਹੁੰਦੀ ਹੈ ਅਤੇ ਕੰਪਨੀ ਦਾ ਨਾਮ ਲਿਖਿਆ ਹੁੰਦਾ। ਜਿੱਦਾਂ ਤੁਸੀਂ 108 ਕਿਹਾ ਤਾਂ ਉਹਨਾਂ ਨੇ ਲਿਖਿਆ ਹੁੰਦਾ ਹੋਸਪਿਟਲ ਵਾਲਾ ਅਤੇ ਹੋਸਪਿਟਲ। ਇਹ ਸਾਡੇ ਭਰਾ ਸੀਗਾ ਜੀ, ਸਿੱਧੂ ਮੂਸੇਵਾਲੇ ਨੂੰ ਅਸੀਂ ਭਰਾ ਮੰਨਦੇ ਸੀ, ਆਪਣੇ ਭਰਾ ਦੀਆਂ ਫੋਟੋਆਂ ਲਾਈਆਂ। ਔਰ ਥੋੜ੍ਹਾ ਕੁ ਟਾਈਮ ਸੋਰ ਆ, 1-2 ਮਹੀਨੇ ਦੀ ਗੱਲ ਆ, ਕੁਝ ਇੱਦਾਂ ਦੀਆਂ ਗੱਡੀਆਂ ਹੁਣ ਆਉਣਗੀਆਂ ਜਿਹੜੀਆਂ ਅਸੀਂ ਤਿਆਰ ਕਰਾ ਰਹੇ ਹਾਂ ਕਿ ਸੜਕ 'ਤੇ ਜਾਂਦੇ ਲੋਕ ਰੋਕਣਗੇ ਸਾਨੂੰ। ਲੋਕ ਬਹੁਤ ਪਿਆਰ ਕਰਦੇ ਆ ਜੀ, ਭਾਵੁਕ ਹੋ ਜਾਂਦੇ ਆ। ਜੇ ਕਿਸੇ ਵੀ ਹੋਸਪਿਟਲ 'ਚ ਹੁਣ DMC ਹੋਸਪਿਟਲ ਗਏ ਸੀ ਅਸੀਂ ਪੇਸ਼ੈਂਟ ਲੈ ਕੇ, ਲੋਕ ਰੋਣ ਲੱਗ ਜਾਂਦੇ ਆ ਜੀ। ਗੱਡੀ ਦੇ ਕੋਲ ਆ ਜਾਂਦੀਆਂ ਕੁੜੀਆਂ, ਬੱਚੇ ਆ ਜਾਂਦੇ, ਨਿੱਕੇ ਨਿੱਕੇ ਬੱਚੇ ਕਾਰ 'ਚ ਜਿਹੜੇ ਫਲਾਇੰਗ ਕਿੱਸਾਂ ਕਰਦੇ ਆ ਜੀ ਸਿੱਧੂ ਬਾਈ ਨੂੰ। ਮੈਨੂੰ ਅੰਦਰ ਵੀ ਦਿਖਾਓ ਐਂਬੂਲੈਂਸ ਜਿਹੜੀ ਹੈਗੀ ਹੈ। ਤੋ ਮੈਨੂੰ ਕਹਿਣਾ ਤੁਹਾਡੇ ਮਨ 'ਚ, ਤੁਸੀਂ ਸ਼ੁਰੂ ਤੋਂ ਹੀ ਉਹਨਾਂ ਦੇ ਫੈਨ ਸੀ ਕਿ ਬਾਅਦ 'ਚੋਂ ਡੈਥ ਹੋਣ ਤੋਂ ਬਾਅਦ ਉਹਨਾਂ ਦੀ? ਨਹੀਂ ਨਹੀਂ, ਫੈਨ ਤਾਂ ਨੋਰਮਲੀ ਗਾਣੇ ਸੁਣੀਦੇ ਸੀਗੇ ਬਾਈ ਦੇ, ਪਰ ਜਿੱਦਣ ਉਹਨਾਂ ਦੀ ਡੈਥ ਹੋਈ ਆ ਉਸ ਦਿਨ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਹੀ ਹੋ ਗਿਆ ਸੀਗਾ ਜੀ, ਕਿਉਂਕਿ ਮੈਂ ਉਹਨਾਂ ਦੇ ਸੰਸਕਾਰ 'ਤੇ ਵੀ ਗਿਆ ਸੀਗਾ ਅਤੇ ਭੋਗ 'ਤੇ ਜਦੋਂ ਗਏ ਸੀਗੇ ਫਿਰ ਉਸ ਤੋਂ ਬਾਅਦ ਭੋਗ 'ਤੇ ਹੀ ਅਸੀਂ ਫੋਟੋ ਲਵਾ ਲਈਆਂ ਸੀ, ਯਾਨੀ ਕਿ ਜਿੱਦਣ ਉਹਨਾਂ ਦਾ ਭੋਗ ਪਿਆ ਸੀ ਉੱਦਣ ਗੱਡੀ ਅਸੀਂ ਉੱਥੇ ਲੈ ਕੇ ਗਏ ਸੀਗੇ। ਉਸ ਤੋਂ ਬਾਅਦ ਬਾਈ ਦਾ ਬਰਥਡੇ ਆ ਗਿਆ, ਹੁਣ ਹਰ ਮਤਲਬ ਇੱਕ ਐਤਵਾਰ ਛੱਡ ਕੇ ਅਸੀਂ ਉੱਥੇ ਜਾਂਦੇ ਹਾਂ ਜੀ। ਮਤਲਬ ਕਿ ਮਹੀਨੇ 'ਚ 3-4 ਵਜੇ ਉੱਥੇ ਜਾ ਜਾਂਦੇ? ਬਿਲਕੁਲ ਬਿਲਕੁਲ ਜੀ, 3-4 ਵਾਰੀ ਜਾਈਦਾ ਜੀ। ਬਾਕੀ ਇਹ ਹੈ ਕਿ ਕੀ ਲੱਗਦਾ ਉਸ ਟਾਈਮ ਦੇ ਹਾਲਾਤ ਤੁਹਾਨੂੰ ਕਿੱਦਾਂ ਲੱਗਦੇ ਹੋਗੇ ਹੁਣ ਉਹ ਪਹਿਲਾਂ ਔਰ ਹੁਣ?
हालात इस तरह है कि जिस तरह उत्थे लोग जाते हैं बच्चे छोटे छोटे बच्चे चार चार पाँच पाँच साल के बच्चे जिहड़े उत्थे जाके उन्होंने स्टैचू को थापियां मारते हैं वो एक जान कटने वाला सीन हों जी। मेरे को एक पेशेंट आ माता जी एक मेरे को पेशेंट आ माता जी आना चूला फ्रैक्चर हो गया से 70 साल की उन्होंने उम्र आ जलंधर च या कैंट च तो मैं थोड़ी देर पहले उन्होंने ड्रॉप करके आया कर इसे एंबूलेंस के और जो उन्होंने एंबूलेंस देखी तो उन्होंने भी अखा नम हो गई तो उन्होंने वर्ड से बेटा पता नहीं चार दिन जिंदगी हैगी कि नहीं पर मैनू एक बार मूसे पिंड जरूर लैके जाई और मैं एक गल कह देनी चाहना लोगों को कि लोगों के दिल के ही नहीं सिद्धू मूसे वाला लोगों के दिमाग के भी आ दिल च और दिमाग के भी और दवावान के भी आ और मैं लैके जाना जी थोड़े दिनों तक थोड़े एक अद्धी विजिट माता की करा के हॉस्पिटल फिर उस तो बाद लैके जाऊँगा मानसे और उन्होंने मिला के भी लैके आऊँगा उन्होंने फादर साहब ना और आने वाले समय के साडिया जी गड्डिया आनिया ने बहुत बहुत वधिया तरीके फ्रेम कीतियां फोटो कि एक गड्डी रखी अपनी होर भी गड्डी बाई सिद्धू वाले मेरी मेरी कंपनी है जी दिवंशी एयर एंबूलेंस कंपनी है मेरा BMC चौंक च ऑफिस है मेरे को गड्डियां काफ़ी है पर यह गड्डी मेरी परसनल है जी मैं किसी को चलान नहीं देता और जिहड़ी भी कॉल आउंदी है सब तो पहला मैं ही लाउना जी इत्थे और पैसे भी बहुत लैस करके देईदे आ जी मतलब लोकल दे विच पहला पेशेंट शिफ्ट कराईदा सी 5 to 6 हज़ार रुपया लैंदे इहदा क्योंकि वेंटीलेटर मेडिकल टीम साडी सारी हुंदी है पर हुण इहदा 2,2200 रुपया लैंदा सर फोन कभी बाई जी दे फादर साहब मिले इस तरह मैं भी जाने का मिले नहीं मैं हमेशा ही उन्होंने जो भी जाने उन्होंने मिली तो जरूर आ दर्शन करी दे उन्होंने पर मन नहीं मानता कि उन्होंने गल की जाए मन नहीं मानता क्योंकि वो जो भी संगत जाती है 15-15 or 40-40 बंदे अंदर वाड़ते फिर उन्होंने स्पीच देंगे फिर 10 मिनट रैसट करते फिर स्पीच देंगे तो मैं कुछ ठीक नहीं समझता कि मैं उन्होंने जाके मैं अपने वालों कुछ दसा उन्होंने उन्होंने टाइम खुद चल के कभी आए देखा कभी एंबुलेंस नहीं वो जो उन्होंने भोग सगा बाई का और उस दिन गड्डी साड़ी उत्थे खड़ी सी और जो नालों साढ़े लंघे आ और उन्होंने हाथ जोड़ के सानू नमस्ते की उन्होंने घर तक फिर मैं गड्डी स्कॉट करके लैके गया जिस दिन उन्होंने भोग समाप्त होया भोग खत्म होया उस तो बाद उन्होंने घर तक मैं नाल ही गया जी उन्होंने मगर मगर क्या था मतलब यह भी हजे भी मतलब महीने तुम 2-3 बार इतने चक्कर ला आने कभी फैमिली कभी इतराज किया किसी होर इतराज नहीं क्यों जाने उ किसी ने कोई इतराज नहीं किया जी मेरे मन की शांति है क्योंकि कई बार कोई किसी का मन डावाडोल हों तो गुरुद्वारे या मंदिर जाके शांति मिलती है तो मैनू उत्थे जाके शांति मिलती है मैनू बाई दियाँ फोटो लगियां ना मैनू इदा लगता बाई मेरे नाल आ और मैं जो भी कोई माड़ा या धुंधली होंगी ना फोटो तो जो गड्डी लंघती है तो ताजी हो जाती उस टाइम याद और लोग यकदम जो वेखते कि एंबूलेंस के उपर यही एंबूलेंस आ तो भावुक हो जाते लोग तो मैं जिनी देर तक सह चलते उन्नी देर तक बाई दियाँ फोटो रहन गई और आने वाली गड्डिया के भी फोटो ला के रखा कभी लोगों ने वैसे जाने होंने पेशेंट कभी लोगों ने ज नौजवान खास कर नौजवान ने गड्डी एंबूलेंस रोकी है देखने वास्ते बड़ी बारी रोकी है जी बड़ी बारी फोटो खिंचाई हैं जी और ये पूछ लेंगे कि भाई पेशेंट का नहीं है कहीं का नहीं पेशेंट नहीं है तो फिर उस तो बाद रो के फोटो कराते हैं पार्किंग साढ़े को आ जाते हैं कुड़ियाँ आ जाए फोटो खिंचा रोंदियाँ पर देखो मैंने तो इदा लगता रहता रात को मैं कल्ला भी जाना जी कई बार ऐसे एरिए जाने तो वो एरिए बहुत सुनसान हों मैं कल्ला जाइदा कल्ले आईदा बाई दे गाने लगे होंगे बिच डिस्प्ले लगी देखो स्क्रीन और बाई दे गाने चलते हैं और पूरी दलेरी रहती है जी साढ़े डॉक्टर साहब ने सैम भाजी मेरे नाल ने ते ए भी तो भी कुछ दो लाइना सुनाएंगे बाई दी सो मेरे ना एक डॉक्टर साहब है जो एंबुलेंस नाल चलते मैं उन्होंने भी गल करा सर की नंबर मैडम हाँ जी सर सत श्री अकाल जी सो मेरा नाम सैम सैम्यूल है सो मैं जलंधर जा एंबूलेंस के उपर टोटली लोग या अपना संस्था नाम लिखाते हैं या अपने जिन्होंने डोनेट किया लिखाते हैं या जो एंबूलेंस नंबर होंगे वो इतने पेश किया जाता लिखाया जाता ठीक है जी लेकिन भाजी ने खास करके इन्होंने जो सिद्धू मूसे वाले अपनी गड्डी एंबूलेंस ही समर्पित की है सेवा वास्ते की कहना चाहते सो बड़े लोग खुश होंगे सानू भी खुशी है भी साडा भरा सिद्धू मूसे वाले नाल काफ़ी दिलों प्यार ये एक फोटो लाना वो चीज़ नहीं है कि दिलों भी उन्ना ही प्यार करता है सो जिस तरह भाई ने दसिया भी मैं हर संडे जाता सीगा पहला सो हुण भी जाते जद भी टाइम जाते जो उधर का कोई पेशेंट हुंदा कहिंदे मैं तां वी उन्हां दे जिथे उन्हां दे घर हैगा उत्थे जाके आउंदे दर्शन करके आउंदे आ सो काफ़ी भाई दिलों प्यार करते हैं सो गाने भी चलते रहिंदे भाई दे और गल्लां भी उन्हां दीआं जिहड़ियां पुरानियां ने सो नवें पुराने गाने सारे भाई सुनते रहिंदे आ सानूं सुनांदे भी रहिंदे आ कुछ इदा तो चलो बड़ा एक बहुत व्डा घाटा हैगा
पंजाबी इंडस्ट्री वास्ते भी पंजाब वास्ते खास गल की जाती है जी जिहड़ा जिहड़ा उन्हां मापिआं दा घाटा जिंदगी भर नहीं भुल सकता जिहड़ा एक गलौते बच्चे दा जिहड़ा इत्थों संसार च विदा होना या वी अचानक किसी तरह इहनूं मार देना एक बहुत वड्डी घाटा हैगा जिहड़ा पूरा नहीं सकदा। लेकिन कुछ तुहाडे मन च इदां दा हैगा कोई उहनां दा कोई गाणा जां इदां दा कोई दस सकदे? गाने तो सारे साडे मन च शरीर च जिस्म च वसे होए आ। देखो जी दो क चीज़ां हैगियां भाजी कि बाई सानू नहीं भुल रहा, सिद्धू बाई सानू नहीं भुल रहा, वो माँ प्यो का की हाल हों इंसाफ लिए कभी किसी मुल्क जा रहे कभी किसी मुल्क जा रहे तो उन्होंने इंसाफ मिलना चाहिए। और जिन्होंने मारिया उन्होंने दो लाइना सुना गए साढ़े डॉक्टर साहब थोड़ा शौक रखते हैं जी जी। सो जिस तरह बाई बाई जी का दस रहे भी गाउण का शौक रखते, सो दो लाइना किसने लिखिया सीगियाँ, सो मैं तुम्हें सुना दिना। जिस तरह मतलब भी जमना मरना तो सच ही है ना, जमना भी हाँ असी मरना भी है एक ना एक दिन। सो जिन्होंने सिद्धू बाई नूं मारिया सो उन्होंने भी एक दिन मरना है। सो उन्होंने उत्ते बयान करता सौंग है कहिंदा तू चेते रख बंदे दिन ओह भी आउणा ए, तू चेते रख बंदे दिन ओ भी आउणा ए, तैनू जाग नहीं आउणी तू ऐसा सौणा ए, चेते रख बंदे दिन ओ भी आउणा ए, बुक्का चो पानी ने टिप टिप कर चो जाना, मिट्टी दा बनया तू फिर मिट्टी हो जाना, बुक्का चो पानी ने टिप टिप कर चो जाना, मिट्टी दा बनया तू फिर मिट्टी हो जाना, हो किंज खेडा खेड रह तू आप खेडौना ए, हो किंज खेडा खेड रह तू आप खेडौना ए, चेते रख बंदे दिन ओ भी आउणा ए, ए देस बेगाना ए चंगा नहीं दिल लाउणा, इत्थों तुर जावेगा फिर वापस नहीं आउणा, ए देस बेगाना ए चंगा नहीं दिल लाउणा, इत्थों तुर जावेगा फिर वापस नहीं आउणा, होई उहनूं जेब नहीं हुंदी, जेब किन्नू गया खफण नूं जिहड़ा लास्ट साडे उत्ते पैणा, होई उहनूं जेब नहीं हुंदी जेड़ा सूट तू पाउणा ए, होई उहनूं जेब नहीं हुंदी जेड़ा सूट तू पाउणा ए, चेते रख बंदे दिन ओ वी आउणा ए, ओ दिन ओ वी आउणा ए, ओ दिन ओ वी आउणा ए। सब बड़े भावुक पल होंगे इस टाइम के जदों किसी इकलौते बच्चे का, चाहे वह असी मान सकते हैं कोई भी, चाहे वह बहुत वड्डी प्रसिद्धि हस्सी सी पंजाब वास्ते एक नाम कमाया उन्होंने, लेकिन असी आम गल बंदे दी भी करते हैं, बच्चा किसी का भी होवे उन्हूं तां लगदा भी जिहड़े इस तरह के अंसर होंदे उन्हूं मारना नहीं चाहिए, इदां दे जिहड़े कतलेआम नहीं करने चाहिए। देखो जी ये इंसान तो देखो खुदा ने बनाया है ना, और रब ने इंसान बनाया, सो आपस में प्यार दा भाईचारा होना बहुत जरूरी है। जो अज जे कल च किसी सहनशीलता नहीं है, जिन्हों दिल किया मार दिता जाता, इंसान ही इंसान का दरी बनया, इंसान ही दुश्मन बनया एक दूजे का, इतों दुनिया तो कुछ नहीं रहना सुनो, सो दुनिया तो कुछ नहीं लैना, सारा कुछ इतें ही रह जाना। सो मेरी हाथ जोड़ के बेनती है कि अगली जनरेशन, सो जिन्हें भी आ वीर इस काम को अंजाम देंगे, सो अपन फैमिली अपने परिवारों बारे थोड़ा जहा जरा जहा सोचो, सो इदा के काम नहीं होने चाहिए। सो इदा वीर का कोई कसूर नहीं, कोई इदा का कोई माड़ा काम नहीं किया, सो जिन्हों इस तरह एड्डी वड्डी बली देनी पई
ਸੋ ਐਂਬੂਲੈਂਸ ਦੀ ਆਪਾਂ ਗੱਲ ਕਰ ਲਈ, ਤੁਸੀਂ ਐਂਬੂਲੈਂਸ ਬਾਰੇ ਦੱਸਿਆ ਵੀ ਬੜਾ ਡੈਡੀਕੇਟ ਸੀ ਆਪਣੀ ਐਂਬੂਲੈਂਸ ਦਿੱਤਾ ਹੋਇਆ, ਕਦੀ ਇੱਦਾਂ ਦਾ ਬੰਦਾ ਵੀ ਪੇਸ਼ੈਂਟ ਹੋਇਆ ਜਿਹੜਾ ਬਿਲਕੁਲ ਉਹ ਵੀ ਮੂਸੇਵਾਲੇ ਦਾ ਫੈਨ ਹੋਵੇ ਲੇਕਿਨ ਪੇਸ਼ੈਂਟ ਹੋਵੇ? ਕੋਈ ਜਦੋਂ ਵੀ ਕੋਈ ਪੇਸ਼ੈਂਟ ਅਸੀਂ ਲੈ ਕੇ ਜਾਂਦੇ ਹਾਂ 99% ਜਦੋਂ ਸਾਨੂੰ ਪਹਿਲੀ ਕਾਲ ਆਉਂਦੀ ਹੈ ਨਾ ਜੀ, ਅਸੀਂ ਇਸ ਗੱਡੀ ਦੀ ਬੁਕਿੰਗ ਕਰਦੇ ਹਾਂ ਕਿਉਂਕਿ ਇਹ 'ਤੇ ਲੈਸ ਕਰਦੇ ਹਾਂ ਅਸੀਂ ਪੈਸੇ, ਅਤੇ ਜਦੋਂ ਗੱਡੀ ਜਾਂਦੀ ਆ ਅਤੇ ਉਹ ਖੁਸ਼ ਹੋ ਜਾਂਦੇ ਆ, ਹੋਸਪਿਟਲ ਜਦੋਂ ਲੈ ਕੇ ਜਾਈਦਾ ਹੋਸਪਿਟਲ ਵਾਲੇ ਖੁਸ਼ ਹੋ ਜਾਂਦੇ ਆ, ਉਹ ਬਾਹਰ ਆ ਜਾਂਦੀਆਂ ਨਰਸਿੰਗ ਸਟਾਫ ਬਾਹਰ ਆ ਜਾਂਦਾ, ਫੋਟੋਆਂ ਖਿਚਾਉਣ ਲੱਗ ਜਾਂਦੇ ਆ, ਔਰ ਪੂਰੇ ਹੋਸਪਿਟਲ 'ਚ ਇੱਦਾਂ ਦਾ ਮਾਹੌਲ ਬਣ ਜਾਂਦਾ ਕਿ ਜਿੱਦਾਂ ਬਾਈ ਆਇਆ ਹੁੰਦਾ ਬਾਹਰ, ਅਤੇ ਸਾਡੇ ਲਈ ਬੜੀ ਇਹ ਖੁਸ਼ੀ ਦੀ ਗੱਲ ਹੁੰਦੀ ਆ ਕਿ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਉਸ ਵੇਲੇ ਜਦੋਂ ਵੀ ਕੋਈ ਗੱਡੀ ਦੇਖਦਾ ਜਾਂ ਜਦੋਂ ਵੀ ਅਸੀਂ, ਕਿਉਂਕਿ ਹੁਣ ਸਾਡੇ ਕੋਲ ਜਿਹੜੀਆਂ ਗੱਡੀਆਂ ਦੂਜੀਆਂ ਆ ਰਹੀਆਂ ਜੀ ਉਹ ਤਾਂ ਡਿਫਰੈਂਟ ਹੀ ਚੀਜ਼ ਹੈ ਕਿ ਡਸਟ ਵੀ ਨਹੀਂ ਪਏਗੀ ਬਾਈ ਦੀਆਂ ਫੋਟੋਆਂ 'ਤੇ, ਉਹ ਸ਼ੀਸ਼ਿਆਂ ਦੇ ਵਿੱਚ ਫਰੇਮ ਕਰ ਦਿੱਤੀਆਂ ਜਾਣਗੀਆਂ ਫੋਟੋਆਂ ਉਹਨਾਂ ਦੀਆਂ, ਵਧੀਆ ਤਰੀਕੇ ਨਾਲ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ। ਸੋ ਲੈਜੈਂਡ ਨੈਵਰ ਡਾਈ, ਬਿਲਕੁਲ ਸਹੀ ਕਿਸੇ ਨੇ ਕਿਹਾ ਹੈਗਾ, ਇਹ ਉਹ ਸ਼ਖਸ ਨੇ ਦੇ ਬਾਈ ਜੀ ਕਹਿੰਦੇ ਅੱਜ ਵੀ ਸਾਡੇ ਦਿਲਾਂ 'ਤੇ ਰਾਜ, ਸਾਡੇ ਦਿਮਾਗ 'ਤੇ ਰਾਜ ਕਰਦਾ। ਸੋ ਸਿੱਧੂ ਮੂਸੇਵਾਲੇ ਜਿਹੜਾ ਬਾਈ ਜੀ ਸਿੱਧੂ ਮੂਸੇਵਾਲੇ ਦੀ ਡੈਥ ਤਕਰੀਬਨ ਇਸ ਸਾਲ ਫਰਵਰੀ ਨੂੰ ਕੀਤੀ ਗਈ ਸੀ, ਜਿਹੜਾ ਉਹਨਾਂ ਦੀ ਜਿਹੜਾ ਕਤਲੇਆਮ ਕੀਤਾ ਗਿਆ ਸੀ, ਅਤੇ ਉਹ ਆਪਣੀ ਐਂਬੂਲੈਂਸ ਇਸ ਇਹਨਾਂ ਸ਼ਖਸ ਜਲੰਧਰ ਰਹਿਣ ਵਾਲੇ ਸ਼ਖਸ ਨੇ ਆਪਣੀ ਐਂਬੂਲੈਂਸ ਨੂੰ ਉਹਨਾਂ ਪ੍ਰਤੀ ਸਮਰਪਿਤ ਕੀਤੀ ਆ, ਔਰ ਇਸ ਐਂਬੂਲੈਂਸ ਜਾਣ ਵਾਲਾ ਜਿਹੜਾ ਪੇਸ਼ੈਂਟ ਹੁੰਦਾ, ਮਰੀਜ਼ ਹੁੰਦਾ, ਉਹਨੂੰ ਰਿਵਾਇਤੀ ਮਤਲਬ ਜਿਹੜੀ ਕਾਫੀ ਰਿਵਾਇਤੀ ਤਰ੍ਹਾਂ 'ਤੇ ਉਹਨੂੰ ਉਸ ਹੋਸਪਿਟਲ ਤੱਕ ਪਹੁੰਚਾਉਣ ਦਾ ਇਹ ਕੰਮ ਕਰਦੇ ਆ, ਔਰ ਤਕਰੀਬਨ ਦੱਸਿਆ ਵੀ ਜਿਹੜੇ ਪੇਸ਼ੈਂਟ ਹੁੰਦੇ ਆ ਉਹ ਵੀ ਇਸ ਐਂਬੂਲੈਂਸ ਨੂੰ ਦੇਖ ਕੇ ਤਾਂ ਵੀ ਖੁਸ਼ ਹੁੰਦੇ ਆ ਕਿ ਅੱਧਾ ਦਰਦ ਉਹਨਾਂ ਦਾ ਐਸੇ ਹੀ ਖਤਮ ਹੋ ਜਾਂਦਾ। ਸੋ ਬਾਈ ਜੀ ਸਮਰਪਿਤ, ਯਾਨੀ ਸਿੱਧੂ ਮੂਸੇਵਾਲੇ ਬਾਈ ਜੀ ਨੂੰ ਸਮਰਪਿਤ ਕੀਤੀ ਗਈ ਐਂਬੂਲੈਂਸ ਲੁਧਿਆਣਾ ਤੋਂ ਜਿਹੜੀ ਵਾਪਸ ਜਾ ਰਹੀ ਹੈ ਜਲੰਧਰ ਵਾਸਤੇ, ਜਲੰਧਰ ਰਹਿਣ ਵਾਲੇ ਸ਼ਖਸ ਨੇ ਜਿਹਨਾਂ ਨੇ ਆਪਣੀ ਐਂਬੂਲੈਂਸ ਨੂੰ ਸਿੱਧੂ ਮੂਸੇਵਾਲੇ ਬਾਈ ਨੂੰ ਸਮਰਪਿਤ ਕੀਤੀ ਹੈ। ਖੋਰ ਇਹ ਇਹਨਾਂ ਦੀ ਜ਼ਿੰਦਾ ਮਿਸਾਲ ਹੈ ਉਸ ਸਿੱਧੂ ਮੂਸੇਵਾਲੇ ਬਾਈ ਵਾਸਤੇ ਵੀ ਆਪਣੀ ਜਿਹੜੀ ਐਂਬੂਲੈਂਸ ਨੇ ਉਹਨਾਂ ਨੂੰ ਸਮਰਪਿਤ ਕੀਤੀ ਹੋਈ ਹੈ। ਕੈਮਰਾਮੈਨ ਸਨੀ ਮੋਤਰਾ, ਸੰਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ।